ਬਣ ਸਿੰਘ ਜੀ ਅੱਗੋਂ ਪ੍ਰਾਂਠ ਜਾਓ ਯਾਰ, ਸਿੰਘ ਚੱਲਣ ਦੋ ਯਾਰ, ਅੱਗੇ ਨਾ ਵੀਰ ਕੀ ਕਰਨ ਲੱਗੇ ਬਾਰ ਬਾਰ ਸਰਕਾਰ ਮੁਰਦਾਬਾਦ।
ਬੰਦ ਕਰੋ ਬੰਦੀ ਸਿੰਘ ਜਿਹਾ ਕਰੋ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਪੰਜ ਸੁਖੀ ਜੀ ਨਰ ਪੰਜ ਸੁਖੀ ਜੀ ਨਰ ਪੰਜ ਸੁਖੀ ਜੀ ਨਰ ਰੱਦ ਕਰੋ
ਜ਼ਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਚੋਰੀ ਸਰਕਾਰ ਮੁਰਦਾਬਾਦ 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 ਗੁੰਡਿਆਂ ਦੀ ਸਰਕਾਰ ਮੁਰਦਾਬਾਦ 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 ਚੋਰਾਂ ਦੀ ਸਰਕਾਰ ਮੁਰਦਾਬਾਦ 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 ਪੰਜਾਬ ਪ੍ਰਸ਼ਾਸਨ ਹਾਏ 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 ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ
ਪਹਿਲਾਂ ਪਤਾ ਸੀ ਕਿ ਅਸੀਂ ਨਚਾਰੇ ਬੁੱਤ ਨਹੀਂ ਲਾਉਣੇ, ਇਹ ਮੱਸਿਆ ਰੰਗਰ ਵਾਲਾ ਕੰਮ ਕੀਤਾ, ਅਸੀਂ ਮੱਸਾ ਰੰਗਰ ਲੱਭਣਾ ਵਾ, ਇਹ ਮੱਸਾ ਰੰਗਰ ਕਿਹੜਾ ਹੈਗਾ ਵਾ? ਇਹ ਸਾਰੀ ਸੰਗਤ ਇੰਨੀ ਦੁਖੀ ਆ, ਇਹਨਾਂ ਨੂੰ ਪਹਿਲਾਂ ਪਤਾ ਸੀ ਗੁਰੂ ਘਰ ਸੰਗਤਾਂ ਬਾਹਰੇ ਦੇਸ਼ਾਂ 'ਚ ਆਉਂਦੀਆਂ ਵਾ, ਅੱਜ ਟਿਕਟੋ ਪਾ ਕੇ ਜੋ ਭੰਗੜੇ ਪਾਏ ਜਾਂਦੇ ਆ, ਮੈਨੂੰ ਇੰਨਾ ਯਾਦਦਾ ਵਾ ਕਿ ਜੋ ਅਕਾਲ ਤਖ਼ਤ ਦਾ ਜਥੇਦਾਰ ਆ ਇਹ ਵੀ ਸੁੱਤਾ ਪਿਆ ਵਾ। ਕਿਉਂ ਇਹ ਇੰਨਾ ਕੁ ਧਰਨੇ ਲਾ ਕੇ ਕੰਮ ਨਹੀਂ ਨਿਬੜਨਾ? ਇਹ ਪੂਰੇ ਪੰਜਾਬ ਦੇ ਵਿੱਚ ਜੋ ਇਹ ਧਰਨੇ ਲੱਗਣਗੇ, ਇਹਦੇ ਜੋ ਵੀ ਮਾਲੀ ਜਾਨੀ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ, ਨਹੀਂ ਤਾਂ ਜਲਦ ਤੋਂ ਜਲਦ ਇਹ ਬੁੱਤ ਹਟਾਏ ਜਾਣ ਤੇ ਸਿੰਘਾਂ ਦੀ ਰਿਹਾਈ। ਗਰੀਬਾਂ ਤੇ ਅਤਿਆਚਾਰੀ ਬੰਦ ਕਰੋ।
ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਪ੍ਰਸ਼ਾਸਨ ਮੁਰਦਾਬਾਦ, ਬੰਦੀ ਸਿੰਘ ਰਿਹਾ ਕਰੋ, ਬੁੱਤ ਹਟਾਓ, ਬੁੱਤ ਹਟਾਓ, ਬੁੱਤ ਹਟਾਓ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਬੰਦੀ ਸਿੰਘ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਪੰਜਾਬ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਝੂਠੇ ਪਰਚੇ ਰੱਦ ਕਰੋ, ਰੱਦ ਕਰੋ, ਰੱਦ ਕਰੋ, ਝੂਠੇ ਪਰਚੇ ਰੱਦ ਕਰੋ, ਰੱਦ ਕਰੋ, ਰੱਦ ਕਰੋ, ਇਨਕਲਾਬ ਜਿੰਦਾਬਾਦ, 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 ਸਿੰਘਾਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਸਿੰਘਾਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਹਿੰਦੂ ਹਕੂਮਤ ਮੁਰਦਾਬਾਦ, 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 ਹਿੰਦੂ ਹਿੰਦੂ ਹਕੂਮਤ ਮੁਰਦਾਬਾਦ, ਹਿੰਦੂ ਹਕੂਮਤ ਮੁਰਦਾਬਾਦ, ਪੰਜਾਬ ਗੌਰਮੈਂਟ ਮੁਰਦਾਬਾਦ, ਪੰਜਾਬ ਗੌਰਮੈਂਟ ਮੁਰਦਾਬਾਦ, ਹਿੰਦੂ ਹਕੂਮਤ ਮੁਰਦਾਬਾਦ, ਪੰਜਾਬ ਗੌਰਮੈਂਟ ਮੁਰਦਾਬਾਦ, 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 ਸਿੱਖਾਂ ਅੱਜ ਅਸੀਂ ਸਾਰੇ ਇਕੱਤਰ ਹੋ ਕਰਕੇ ਐਸਡੀਐਮ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ, ਕਿਉਂਕਿ ਜਿਹੜਾ 15 ਜਨਵਰੀ ਦੀ ਰਾਤ ਨੂੰ 9 ਸਿੰਘਾਂ ਦੇ ਉੱਪਰ 307 ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਪੱਤਰ ਦਿੰਦੇ ਆ ਰਹੇ ਹਾਂ, ਅੱਜ ਨਵਾਂ ਨਹੀਂ ਦਿੱਤਾ। ਜਿਹੜੇ ਬੁੱਤ ਹਟਾਉਣ ਦੇ ਸਬੰਧ ਵਿੱਚ ਅੰਮ੍ਰਿਤਸਰ ਡੀਸੀ ਨੂੰ
ਅਤੇ ਐਸਡੀਐਮ ਨੂੰ ਤਹਿਸੀਲਦਾਰ ਨੂੰ ਤੇ ਚੰਡੀਗੜ੍ਹ ਜਿਹੜੇ ਉੱਥੇ ਡਾਕਟਰ ਹਨ ਜਿਨ੍ਹਾਂ ਦੇ ਆਂਦੇ ਅਧੀਨ ਉਹ ਬੁੱਤ ਲੱਗੇ ਹਨ ਉਹਨਾਂ ਨੂੰ ਹੀ ਲਿਖਤੀ ਰੂਪ ਦੇ ਵਿੱਚ ਰਿਟਨ ਦਿੱਤੇ ਹੋਏ ਹਨ। ਡੇਢ ਮਹੀਨੇ ਤੋਂ ਵੱਧ ਦਿਨ ਹੋ ਗਏ ਨੇ, ਸਰਕਾਰ ਦੇ ਸਿਰ ਉੱਪਰ ਕੋਈ ਵੀ ਜੂ ਨਹੀਂ ਸਰਕੀ, ਭਾਵ ਕੇ ਸੁੱਤੀ ਪਈ ਹੈ। ਜੇਕਰ ਸਿੰਘਾਂ ਨੇ ਵਿਧਾਨ ਉੱਥੇ ਵਾਹਿਆ ਤੇ ਉਸੇ ਵੇਲੇ ਸਰਕਾਰ ਜਾਗੀ ਹੈ, ਪਰ ਜਾਗੀ ਨਹੀਂ। ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾ ਦਿੱਤਾ ਕਿ ਅਸੀਂ ਪਰਚਾ ਵੀ ਕੈਂਸਲ ਕਰ ਦੇਵਾਂਗੇ, ਸ਼ਨੀਵਾਰ ਤੇ ਐਤਵਾਰ ਛੁੱਟੀ ਹੈ, ਤੁਹਾਨੂੰ ਸੋਮਵਾਰ ਦੱਸ ਦੇਵਾਂਗੇ। ਅੱਜ ਤੱਕ ਸਾਨੂੰ ਕੋਈ ਦੱਸਿਆ ਨਹੀਂ ਗਿਆ। ਫਿਰ ਉਹਨਾਂ ਨੇ ਕਿਹਾ ਇਹ ਜਿਹੜੇ ਬੁੱਤ ਹਟਾਉਣ ਦੀ ਗੱਲ ਹੈ, ਤੁਹਾਡੀ ਚੰਡੀਗੜ੍ਹ ਜਿਹੜੇ ਉੱਥੇ ਡਾਕਟਰ ਹਨ ਉਹਨਾਂ ਨੂੰ ਬੁਲਾ ਕਰਕੇ ਜਲਦੀ ਮੀਟਿੰਗ ਬੁਲਾਈ ਜਾਵੇਗੀ, ਉਹ ਵੀ ਅੱਜ ਤੱਕ ਕੋਈ ਦੱਸਿਆ ਨਹੀਂ ਗਿਆ। ਅਸੀਂ ਅੱਜ ਐਸਡੀਐਮ ਨੂੰ ਮੰਗ ਪੱਤਰ ਦੇਣ ਆਏ ਹਾਂ ਤੇ ਐਸਡੀਐਮ ਸਾਹਿਬ ਇੱਥੇ ਬਾਹਰ ਆਣ ਕੇ ਸਾਡੇ ਕੋਲ ਮੰਗ ਪੱਤਰ ਲੈਣ, ਤੇ ਇਹ ਜਿਹੜੀ ਕੌਮ ਹੈ ਸਿੱਖ ਕੌਮ ਹੈ ਜਿਨ੍ਹਾਂ ਦਾ ਸਿੱਧਾ ਧੱਕਾ ਕੀਤਾ ਜਾ ਰਿਹਾ, ਝੂਠੇ ਪਰਚੇ ਦਰਜ ਕੀਤੇ ਗਏ ਨੇ 300 ਦਫ਼ਾ, ਤਾਂ ਲੱਗਦੀ ਹੈ ਕਿ ਜਿਹਦੇ ਸਿਰ ਦੇ ਵਿੱਚ ਕੋਈ ਡੂੰਘੀ ਸੱਟ ਲੱਗ ਜਾਵੇ ਬੰਦਾ ਕੋਮਾ ਵਿੱਚ ਚਲ ਜਾਵੇ। ਪਰ ਉੱਥੇ ਬੁੱਤ ਹਟਾਉਣ ਦੇ ਸਬੰਧ ਦੇ ਵਿੱਚ ਹੀ 300 ਥਾਂ ਦਾ ਪਰਚਾ ਦਰਜ ਕਰਕੇ ਝੂਠਾ, ਨੌਜਵਾਨਾਂ ਨੂੰ ਥਾਣੇ ਵਿੱਚ ਬੰਦ ਕਰਕੇ ਰੱਖਿਆ ਕੋਤਵਾਲੀ, ਜਿੱਥੇ ਗੁਰਮੀਤ ਸਿੰਘ SHO ਹੈ ਉਹਨੇ ਸਿੰਘਾਂ ਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਹੈ, ਉਹਨਾਂ ਦੇ ਕੱਪੜੇ ਚੋਲੇ ਉਤਾਰ ਕੇ ਦਸਤਾਰਾਂ ਜ਼ਬਰਦਸਤੀ ਲਾਈਆਂ ਗਈਆਂ ਨੇ, ਧੂ ਧੂ ਕੇ ਕਕਾਰਾਂ ਦਾ ਨਿਰਾਦਰ ਕੀਤਾ ਹੈ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਉਸ ਬੰਦੇ ਨੂੰ ਸਸਪੈਂਡ ਕੀਤਾ ਜਾਵੇ ਤੇ ਸਿੰਘਾਂ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਹੈ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾਅ ਕੀਤਾ ਜਾਵੇ, ਤੇ ਜਿਹੜੇ ਬੁੱਤ ਲੱਗੇ ਨੇ ਉਹ ਦਿਨਾਂ ਦੇ ਵਿੱਚੋਂ ਚੁੱਕ ਕਰਕੇ ਬਾਦਲ ਦੇ ਬੂਹੇ ਗਾੜੀ ਲਾ ਦਿੱਤੇ ਜਾਣ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਮੇਨ ਦਰਵਾਜ਼ਾ ਹੈ, ਮੇਨ ਰਸਤਾ ਹੈ, ਉੱਥੇ ਇਹ ਨਚਾਰ ਵਾਲੇ ਬੁੱਤ ਨਹੀਂ ਰਹਿਣ ਦੇਵਾਂਗੇ, ਨਹੀਂ ਰਹਿਣ ਦੇਵਾਂਗੇ। ਪੰਜਾਬ ਸਰਕਾਰ ਹਾਏ ਹਾਏ। ਬਾਕੀ ਸਿੰਘ ਪਰੇ ਪਿਆ, ਪ੍ਰੈਸ ਦੀ ਥਾਂ ਛੱਡੀ ਜਾਓ ਯਾਰ। ਦੇਣਾ ਜੀ।
ਆ ਤੁਸੀਂ ਮੈਂ ਬੈਨਰ ਲਗਾ ਕੇ ਇੱਥੇ ਇੱਥੇ ਹੋਰ ਜਿਹੜਾ ਜਾਇਓ ਬੈਨਰ ਵਿਛਾ ਕਰ ਲਓ ਯਾਰ ਬੈਨਰ ਵਿਛਾ ਲਓ ਹਾਂਜੀ ਹਾਂਜੀ ਭਾਈ ਸਾਹਿਬ ਵੀਰ ਸਿੰਘ ਜੀ ਹੋਰੇ ਸਾਡੇ ਤੱਕ ਸਾਡੀ ਮਿਹਰਬਾਨੀ ਓਕੇ ਸਰ ਹਾਂਜੀ ਹਾਂਜੀ ਠੀਕ ਹੈ ਸਰ ਸਾਰੀ ਸੰਗਤ ਨੂੰ ਬੇਨਤੀ ਆ ਕਿ ਕੱਲ ਨੂੰ 11 ਵਜੇ ਆਪਾਂ ਆਪੋ ਆਪਣੇ ਵਹੀਕਲਾਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਆਪਾਂ ਸਾਰੇ ਹੀ ਇਕੱਠੇ ਹੋ ਕਰਕੇ ਤੇ ਠੀਕ ਆ ਜੀ ਗੁਰਦੁਆਰਾ ਅਕਾਲੀ ਫੂਲਾ ਸਿੰਘ ਦੇ ਗੁਰ ਤੋਂ ਇੱਦਾਂ ਹੀ ਮਹਾਰਾਜ ਦੀ ਫੌਜ ਸਾਰੀ ਬੀਬੀਆਂ ਮਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮੈਂ ਸਦਾਸ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਕਿ ਕੱਲ ਨੂੰ ਜਿਹੜਾ 22 ਤਰੀਕ ਨੂੰ ਸਾਰੇ ਜਥੇਬੰਦੀਆਂ ਨੇ ਪ੍ਰੋਗਰਾਮ ਗੁਰਦੁਆਰਾ ਸੰਤੋਖ ਸਾਹਿਬ ਵਿਖੇ ਪਾਣ ਪਵਿੱਤਰ ਧਰਤੀ ਤੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਦਿੱਤਾ ਗਿਆ ਅੰਮ੍ਰਿਤਸਰ ਦੀ ਤੇ ਆਪਾਂ ਸਾਰਿਆਂ ਨੇ 11 ਵਜੇ ਆਪੋ ਆਪਣੇ ਕਾਰੋਬਾਰ ਛੱਡ ਕੇ ਪਹੁੰਚਣਾ ਵਾਂ ਤੇ ਅਸੀਂ ਇੱਕ ਪ੍ਰੋਗਰਾਮ ਬਣਾਇਆ ਵਾਂ ਕਿ ਜਿਹੜਾ ਗੁਰਦੁਆਰਾ ਅਕਾਲੀ ਫੂਲਾ ਸਿੰਘ ਜੀ ਦਾ ਬੁਰਜ ਹੈ ਉੱਥੋਂ ਆਪਾਂ ਸਾਰੇ ਇਕੱਠੇ ਹੋ ਕਰਕੇ ਅੱਗੇ ਨੂੰ ਪੈਦਲ ਮਾਰਚ ਕਰਕੇ ਉੱਥੇ ਪੁੱਜੀਏ ਅਤੇ ਸਾਰੀ ਮੇਰੀ ਸੰਗਤ ਨੂੰ ਬੇਨਤੀ ਹੈ ਜਿਹੜੀ ਇੱਥੇ ਵੀ ਆਈ ਆ ਉਹ ਸਾਰੇ ਹੀ ਉੱਥੇ ਪਹੁੰਚ ਕਰਕੇ ਆਪਾਂ ਇਕੱਠੇ ਹੋ ਕਰਕੇ ਇੱਦਾਂ ਹੀ ਹੱਥ ਵਿੱਚ ਫੱਟੀਆਂ ਲੈ ਕਰਕੇ ਅਤੇ ਉਹਨੂੰ ਚਾਲੇ ਪਾਉਣੇ ਸੰਤੋਖ ਸਾਹਿਬ ਜਿਹੜਾ ਅਗਲਾ ਪ੍ਰੋਗਰਾਮ ਉੱਥੇ ਕਮੇਟੀ ਦੇਵੇਗੀ ਉਹ ਸਾਰਿਆਂ ਆਪਾਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।